ਹਾਂ ਬਹੁਤ ਘੈਂਟ ਬੰਦਾ ਸੀਗਾ, ਬਾਹਲੀ ਮਾੜੀ ਹੋਈ ਭਰਾ ਇਹਦਾ। ਕਿਹਾ ਸੀ ਉਹਨੇ ਕਹਿੰਦਾ ਤੈਨੂੰ ਵਧੀਆ ਚਾਰਜ ਵਾਲੀ ਸਾਈਕਲ ਹੀ ਦਊਗੀ, ਮਿਲ ਗਈ ਮੈਨੂੰ ਵਧੀਆ। ਅਤੇ ਗੱਲ ਕਰ ਭਰਾ ਯਾਰ, ਉਹਦੇ ਬਿਨਾਂ ਬਹੁਤ ਘਾਟਾ ਹੋਇਆ ਯਾਰ, ਬਾਹਲਾ ਭੈੜਾ ਕੰਮ ਹੋਇਆ। ਉਹਦੀ ਮਾਂ 'ਤੇ ਬਹੁਤ ਤਰਸ ਆਉਂਦਾ, ਡੈਡੀ 'ਤੇ ਬੜੀ ਬੁਰੀ ਹਾਲਤ। ਡੇਲੀ ਪੋਸਟ ਪੰਜਾਬੀ ਦੇਖਿਆ ਤੁਸੀਂ ਅਤੇ ਮੈਂ ਹਾਂ ਦੀਪ ਸੰਦੀਪ, ਮੂਸਾ ਦੇ ਵਿੱਚ ਖੜ੍ਹੇ ਹਾਂ ਸਿੱਧੂ ਮੂਸੇਵਾਲਾ ਦੀ ਯਾਦਗਾਰ ਦੇ ਕੋਲ। ਸਿੱਧੂ ਮੂਸੇਵਾਲਾ ਅੱਜ ਵੀ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਉਵੇਂ ਹੀ ਵੱਜਦਾ ਹੈ। ਅੱਜ ਉਹਨਾਂ ਦੀ ਯਾਦਗਾਰ 'ਤੇ ਮੌਜੂਦ ਹੈ ਵੀਰ ਮਿਲਿਆ ਹੈ, ਗੱਲਬਾਤ ਕਰਨੀ ਹੈ ਸਿੱਧੂ ਮੂਸੇਵਾਲਾ ਦੇ ਨਾਲ ਵੀ। ਬੇਹੱਦ ਪਿਆਰ ਸੀ ਬਾਈ, ਕੀ ਹਾਲ ਚਾਲ? ਵਧੀਆ ਭਰਾ ਜੀ। ਸਿੱਧੂ ਮੂਸੇਵਾਲਾ ਦੀਆਂ ਤੁਸੀਂ ਤਸਵੀਰਾਂ ਵੇਚਦੇ ਹੋ ਇਸ ਹਾਲਾਤ 'ਚੋਂ, ਸਿੱਧੂ ਨੂੰ ਵੀ ਮਿਲਦੇ ਰਹੇ ਹੋ ਫਿਰ? ਹਾਂ ਭਰਾ ਮਿਲਿਆ, ਬਹੁਤ ਵਾਰੀ ਮਿਲਿਆ, ਸਾਡੇ ਉੱਧਰ ਘਰ ਕੁੜੀ ਘਰ ਸੀ ਉਹਦਾ। ਠੀਕ ਹੈ। ਹਾਂ ਬਹੁਤ ਘੈਂਟ ਬੰਦਾ ਸੀਗਾ, ਬਾਹਲੀ ਮਾੜੀ ਹੋਈ ਭਰਾ ਇਹਦਾ। ਤੁਹਾਡੀ ਇਹ ਹਾਲਾਤ ਵੇਖ ਕੇ ਸਿੱਧੂ ਬਾਈ ਕਹਿੰਦਾ ਸੀ ਕਿ ਤੁਹਾਡੇ ਹਾਲਾਤ 'ਚ ਵੀ ਕੋਈ ਸੁਧਾਰ ਕਰੂੰਗਾ ਜਾਂ ਕੋਈ? ਹਾਂ ਕਿਹਾ ਸੀ ਉਹਨੇ ਕਹਿੰਦਾ ਤੈਨੂੰ ਵਧੀਆ ਚਾਰਜ ਵਾਲੀ ਸਾਈਕਲ ਹੀ ਦਊਗੀ, ਮਿਲ ਗਈ ਮੈਨੂੰ ਵਧੀਆ। ਤੇ ਗੱਲ ਕਰ ਭਰਾ ਯਾਰ, ਉਹਦੇ ਬਿਨਾਂ ਬਹੁਤ ਘਾਟਾ ਹੋਇਆ ਯਾਰ ਜ਼ਿੰਦਗੀ। ਅੱਛਾ ਹੁਣ ਤਸਵੀਰਾਂ ਵੇਚਦੇ ਹੋ, ਲੋਕ ਖਰੀਦ ਲੈਂਦੇ ਨੇ, ਮੂੰਹ ਮੰਗੇ ਜਿੰਨੇ ਮੰਗਦੇ ਓਨੇ ਕ ਦੇ ਦਿੰਦੇ ਨੇ ਕਿ ਤੁਹਾਡੇ ਨਾਲ ਵੀ ਘਾਟਾ ਵਾਧਾ ਕਰਦੇ ਨੇ? ਨਾ ਨਾ ਭਰਾ, ਜਿੰਨੇ ਕਹਿੰਦੇ ਆ ਦੇ ਦਿੰਦੇ ਨੇ, ਕੋਈ ਚੱਕਰ ਨੀ। ਬਹੁਤ ਤਸਵੀਰਾਂ ਵੇਖਦੇ ਆ ਬਾਈ ਦੀਆਂ, ਬਾਹਲੀ ਦੂਰ ਦੂਰ ਦੇ ਲੋਕ ਲੈ ਕੇ ਜਾਂਦੇ ਆ, ਬਾਹਲਾ ਪਿਆਰ ਕਰਦੇ ਨੇ ਯਾਰ। ਅੱਛਾ ਕਿੱਥੋਂ ਕਿੱਥੋਂ ਦੇ ਤੁਹਾਡੇ ਕੋਲੇ ਆਉਂਦੇ ਨੇ ਜਿਹੜੇ ਖਰੀਦਣ ਵਾਲੇ? ਆਹ ਬਾਹਰੋਂ ਬਹੁਤ ਆਉਂਦੇ, ਦੁਨੀਆ ਬਾਹਲੀ ਬਾਹਲੀ ਦੂਰੋਂ ਦੂਰੋਂ ਆਉਂਦੀ ਹੈ ਭਰਾ। ਅੱਛਾ ਕੋਈ ਯਾਦ ਹੋਵੇ ਜਿਹੜਾ ਬੰਦਾ ਤੁਹਾਡੇ ਕੋਲੇ ਕਈ ਵਾਰੀ ਆ ਕੇ ਜਿਹੜਾ ਕੋਈ ਤਸਵੀਰ ਖਰੀਦਦਾ, ਉਹ ਕਈਆਂ ਦੀ ਅੱਖਾਂ 'ਚੋਂ ਪਾਣੀ ਵੀ ਤੱਕ ਨਿਕਲਦਾ? ਹਾਂ ਬਾਹਲੇ ਰੋਂਦੇ ਆ ਭਰਾ, ਆ ਕੇ ਨਜ਼ਾਏ ਰੋਂਦੇ ਆ, ਬਾਹਲੇ ਰੋਂਦੇ ਆ। ਅੱਛਾ ਸਿੱਧੂ ਦੇ ਫਾਦਰ ਬਣੀ ਜਾਂ ਮਦਰ ਬਣੀ ਵੇਖ ਕੇ ਕੀ ਕੀ ਸੋਚਦੇ ਹੋ ਫਿਰ? ਤੇ ਆ ਤਸਵੀਰਾਂ ਵਾਲੀਆਂ ਸਾਈਡ ਤੇ ਕਰਦੇ ਹੋ, ਕੀ ਸੋਚਦੇ ਹੋ ਫਿਰ? ਕਿਉਂਕਿ ਮਤਲਬ ਜਿਹੜੀ ਅੱਗ ਦੇ ਵਿੱਚ ਉਹ ਝੁਲਸੇ ਜਾ ਰਹੇ ਨੇ, ਕਿਉਂਕਿ ਮਾਂ ਬਾਪ ਦਾ ਪੁੱਤਰ ਬਿਨਾਂ ਦੁਨੀਆਂ ਤੇ ਬਹੁਤ ਬਾਹਲਾ ਘਾਟਾ ਪੈ ਗਿਆ ਭਰਾ, ਉਹ ਤਾਂ ਰੋਜ਼ ਮਰਨਾ ਜਾਣਾ, ਬਾਹਲਾ ਭੈੜਾ ਕੰਮ ਹੋਇਆ। ਉਹਦੀ ਮਾਂ ਤੇ ਬਹੁਤ ਤਰਸ ਆਉਂਦਾ, ਡੈਡੀ ਤੇ ਬੜੀ ਬੁਰੀ ਹਾਲਤ ਆ ਭਰਾ। ਅੱਛਾ ਤੇ ਜਿਹੜਾ ਤੁਹਾਨੂੰ ਹੁਣ ਕਿੰਨਾ ਕਿਸ ਚੀਜ਼ ਦਾ, ਜਦੋਂ ਇੱਥੇ ਆਉਂਦੇ ਹੋ ਰੋਜ਼ ਆਉਂਦੇ ਆ ਜਾਂ ਛੁੱਟੀ ਛੁੱਟੀ ਕਰ ਲੈਂਦੇ? ਨਾ ਭਰਾ ਰੋਜ਼ ਆਉਂਦੇ ਆ, ਡੇਲੀ ਆਉਂਦੇ ਇੱਥੇ ਆਉਂਦੇ ਆ। ਅੱਛਾ ਲੱਗਦਾ ਵੀ ਜੇ ਸਿੱਧੂ ਜਿਉਂਦਾ ਰਹਿੰਦਾ ਹੋਰ ਤਾਂ ਬਹੁਤ ਕੁਝ ਚੇਂਜ ਕਰ ਦੇਣਾ ਸੀ ਉਹਨੇ ਮਾਨਸ। ਹਾਂ ਬਾਲੇ ਉਹ ਇਹ ਤਾਂ ਗੱਲ ਹੀ ਨਹੀਂ ਸੀ, ਬਾਲੀ ਇੰਡਸਟਰੀ ਬਣਾਉਣੀ ਸੀ ਉਹਨੇ, ਬਹੁਤ ਵੱਡੀਆਂ ਕਪੈਸਿਟੀਆਂ ਸੀ ਬੰਦੇ ਦੀਆਂ, ਉਹ ਤਾਂ ਬਹੁਤ ਕੁਝ ਮੂਸਾ ਹੀ ਨਹੀਂ ਪਤਾ ਕੀ ਬਣ ਜਾਂਦਾ ਭਰਾ, ਬੜੀ ਵੱਡੀ ਸੋਚ ਸੀ ਬੰਦੇ ਦੀ। ਸਿੱਧੂ ਦੇ ਤੁਸੀਂ ਗੀਤ 'ਚ ਵੀ ਹੋ ਸੈਟੀਸਫਾਈ ਦੇ ਵਿੱਚ, ਜਿੰਨਾ ਵੀ ਦਿੱਤਾ ਮਾਲਕ ਨੇ ਉਹਦੇ 'ਚ ਵੀ ਹੈ ਤੁਹਾਡਾ? ਹਾਂ ਹੈਗਾ ਭਰਾ ਮੈਂ। ਹਾਂ ਅੱਛਾ ਉਹ ਛੋਟੀ ਜਿਹੀ ਝਲਕ ਹੈ ਥੋੜਾ ਜਿਹਾ ਉਸ ਬਾਰੇ ਦੱਸੋ ਦੁਬਾਰਾ, ਕੀ ਕਿਵੇਂ ਤੁਹਾਨੂੰ ਉਸ ਗੀਤ ਦੇ ਵਿੱਚ ਮੌਕਾ ਮਿਲਦਾ ਫਿਰ? ਉਹ ਭਰਾ ਇੱਕ ਹੈਂਡੀਕੈਪਟ ਦਾ ਉਹ ਲੈ ਕੇ ਆਉਣਾ ਸੀ ਸੀਨ, ਤੇ ਮੈਨੂੰ ਲੈ ਕੇ ਆਏ ਤੇ ਮੈਨੂੰ ਖੜਾਇਆ ਉਹਨਾਂ ਨੇ, ਵਧੀਆ ਆਦਰ ਕੀਤਾ ਸਿੱਧੂ ਬਾਈ ਨੇ, ਬਹੁਤ ਵਧੀਆ ਬੰਦਾ। ਅੱਛਾ ਹੁਣ ਵੀ ਇਸ ਜਗ੍ਹਾ ਤੇ ਤੁਸੀਂ ਦੇਖਦੇ ਹੋ ਹਜ਼ਾਰਾਂ ਲੋਕ ਆਉਂਦੇ ਨੇ, ਤਾਂ ਤੁਸੀਂ ਵੀ ਰੋਜ਼ ਬੰਦਾ ਭਾਵਕ ਤਾਂ ਹੁੰਦਾ ਕਿ ਦੂਰੋਂ ਦੂਰੋਂ ਲੋਕ ਆਉਂਦੇ ਨੇ? ਬਾਲਾ ਵੱਡਾ ਹੋਰ ਪਤਾ ਲੱਗਦਾ ਭਰਾ ਯਾਰ, ਵੀ ਬਾਲੀ ਤਕੜੀ ਸ਼ਹਿ ਸੀ ਉਹ ਤਾਂ। ਅੱਛਾ ਹਾਂ ਅੱਜ ਜਦੋਂ ਬੰਦਾ ਨਾ ਤਾਂ ਦੁਨੀਆਂ ਤੇ ਹੈਗਾ ਨਾ ਕੋਈ, ਹੋਣਾ ਵੀ ਨੀ ਨਾ। ਅੱਛਾ ਤਸਵੀਰਾਂ ਵੇਚਦੇ ਹੋ ਜ਼ਿਆਦਾ, ਤੁਹਾਨੂੰ ਪਰਸਨਲੀ ਕਿਹੜੀ ਤਸਵੀਰ ਜ਼ਿਆਦਾ ਵਧੀਆ ਲੱਗਦੀ ਹੈ ਫਿਰ ਇਹਨਾਂ, ਜਿਹੜੀ ਤੁਸੀਂ ਆਪ ਜ਼ਿਆਦਾ ਦੇਖਦੇ ਹੋ? ਕੋਈ ਮਾੜੀ ਨੀ ਫੋਟੋ ਯਾਰ, ਸਾਰੀਆਂ ਠੀਕ ਹੀ ਲੱਗਦੀਆਂ, ਜਿਹੜੀ ਤੁਹਾਨੂੰ ਦੇਖ ਕੇ ਵੀ ਲੱਗਦਾ ਕਿ ਯਾਰ ਇਹ ਮਾਸੂਮ ਚਿਹਰਾ ਹਜੇ ਰਹਿਣਾ ਚਾਹੀਦਾ ਸੀ ਮਾਨਸੇ ਪਿੰਡ ਦੀ ਸ਼ਾਨ। ਹਾਂ ਰਹਿਣਾ ਚਾਹੀਦਾ, ਹਾਂ ਲੱਗਦਾ ਭਰਾ ਯਾਰ ਇਹ ਬੰਦਾ। ਥੈਂਕ ਯੂ ਬਾਈ। ਤਾਂ ਇਹ ਬਾਈ ਨੂੰ ਚਾਹੁਣ ਵਾਲੇ ਨੇ, ਬਾਈ ਦੇ ਗੀਤ ਦੇ ਵਿੱਚ ਵੀ ਤੁਸੀਂ ਇਹਨਾਂ ਨੂੰ ਦੇਖਿਆ ਹੋਣਾ, ਸੈਟੀਸਫਾਈ ਗੀਤ ਆ ਜਿਹੜਾ ਜਿਨ੍ਹਾਂ ਦਿੱਤਾ ਮਾਲਕ ਨੇ ਸੈਟੀਸਫਾਈ, ਤਾਂ ਉਹਦੇ ਵਿੱਚ ਵੀ ਬਾਈ ਨਜ਼ਰ ਆਉਂਦੇ ਨੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਉਹ ਸਿੱਧੂ ਬਾਈ ਦੀ ਜਿਹੜੀ ਉਂਗਲੀ ਖੜੀ ਆ, ਹੱਥ ਦੇ ਵਿੱਚ ਮਾਈਕ ਹੈ, ਉਹ ਮਾਈਕ ਅੱਜ ਵੀ ਉਡੀਕ ਰਿਹਾ ਹੈ ਕਿਤੇ ਨਾ ਕਿਤੇ ਸਿੱਧੂ ਦੀ ਉਸ ਆਵਾਜ਼ ਨੂੰ। ਹਾਲਾਂਕਿ ਗੀਤਾਂ ਦੇ ਵਿੱਚ ਤਾਂ ਨਜ਼ਰ ਆਉਂਦੀ ਹੈ, ਪਰ ਸਿੱਧੂ ਦੀ ਜਿਹੜੀ ਜ਼ਬਾਨ ਹੈ, ਜੋ ਬੋਲਦਾ ਸੀ ਸਭ ਕੁਝ ਸੱਚ ਹੋ ਜਾਂਦਾ ਸੀ। ਬੜੇ ਲੋਕ ਉਸਨੂੰ ਗੁਣੀ ਗਿਆਨੀ ਵੀ ਕਹਿ ਦਿੰਦੇ ਨੇ ਕਿ ਅਕਸਰ ਜਿਹੜੇ ਉਹਦੇ ਬੋਲ ਕਹੇ ਹੋਏ ਇੱਕ ਬੋਲ ਆ ਜਿਹੜਾ ਸੱਚ ਹੋ ਗਿਆ। ਤਾਂ ਅੱਜ ਯਾਦਗਾਰ ਤੇ ਮੌਜੂਦ ਆ, ਤਾਂ ਪਿੱਛੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਕੋਈ ਕੰਮ ਵੀ ਚੱਲ ਰਿਹਾ ਹੈ, ਆਲੇ ਦੁਆਲੇ ਚਾਰ ਦੀਵਾਰੀ ਵੀ
ਕੀਤੀ ਜਾ ਰਹੀ ਹੈ, ਇਹਦੇ ਬਾਰੇ ਵੀ ਤੁਸੀਂ ਗੱਲਬਾਤ ਆਪਾਂ ਕਰਾਂਗੇ। ਤਾਂ ਦੇਖ ਸਕਦੇ ਹੋ ਕਿ ਤਸਵੀਰ ਹੈ ਜਿਹੜੀ ਲੋਕ ਨੇ, ਜਿਹੜੇ ਬੱਚੇ ਨੇ ਛੋਟੇ ਛੋਟੇ, ਉਹ ਫੋਟੋਆਂ ਖਿਚਾਉਂਦੇ ਨੇ ਸਿੱਧੂ ਬਾਈ ਦੇ ਨਾਲ, ਉਸ ਯਾਦਗਾਰ ਦੇ ਨਾਲ। ਤਾਂ ਕਿਤੇ ਨਾ ਕਿਤੇ ਇੱਥੋਂ ਲੱਭਦੇ ਨੇ ਕਿ ਸ਼ਾਇਦ ਇੱਥੋਂ ਸਿੱਧੂ ਦੀ ਕੋਈ ਨਾ ਕੋਈ ਚੀਜ਼ ਆ ਜਿਹੜੀ ਲੱਭ ਜਾਵੇ। ਤਾਂ ਕੈਮਰਾਮੈਨ ਅਮਨਦੀਪ ਦੇ ਨਾਲ ਦੀਪ ਸੰਦੀਪ, ਡੇਲੀ ਪੋਸਟ ਪੰਜਾਬੀ, ਮੂਸਾ ਮਾਨਸਾ।